ਸਤਿ ਸ਼੍ਰੀ ਅਕਾਲ ਜੀ। ਸ਼ਾਹ ਕਿਤਾਬ ਘਰ ਦੇ ਚੈਨਲ ਤੇ ਤੁਹਾਡਾ ਫਿਰ ਤੋਂ ਜੀ ਆਇਆ ਨੂੰ। ਅੱਜ ਆਪਾਂ ਕਹਾਣੀ ਇੱਕ ਹੋਰ ਲੈ ਕੇ ਆਏ ਹਾਂ ਕ੍ਰਿਸ਼ਨ ਚੰਦਰ ਦੀ, ਅਤੇ ਇਹ ਅਨੁਵਾਦ ਮਹਿੰਦਰ ਸਿੰਘ ਬੇਦੀ ਹੋਰਾਂ ਨੇ ਕੀਤੀ ਹੋਈ ਆ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹੀ ਕਿਤਾਬ ਮੈਨੂੰ ਬਹੁਤ ਸੋਹਣੀ ਲੱਗਦੀ ਹੈ, ਅਤੇ ਨਵੇਂ ਜਿਨ੍ਹਾਂ ਨੇ ਪੜ੍ਹਨ ਲੱਗਣਾ ਹੋਵੇ ਉਹ ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਪੜ੍ਹ ਸਕਦਾ। ਅਤੇ ਅੱਜ ਜਿਹੜੀ ਕਹਾਣੀ ਤੁਹਾਨੂੰ ਸੁਣਾਉਣੀ ਹੈ, ਕਹਾਣੀ ਦਾ ਨਾਂ ਹੈ ਜਮਲਾ। ਜਮਲਾ ਇੱਕ ਕਿਸਾਨ ਜੱਟ ਹੈ, ਉਹਦੀ ਕਹਾਣੀ ਆ। ਜਦੋਂ ਕਰਜ਼ੇ ਥੱਲੇ ਜੱਟ ਆ ਜਾਂਦਾ ਅਤੇ ਉਹ ਕਿਵੇਂ ਉਸ ਤੋਂ ਬਾਅਦ ਮਤਲਬ ਕਿਵੇਂ ਦਾ ਵਾਤਾਵਰਨ ਮਾਣਦਾ, ਕਿਵੇਂ ਕਿਵੇਂ ਉਹ ਫਿਰ ਉੱਠਦਾ, ਜਿਵੇਂ ਕਿਸਾਨੀ ਸੰਘਰਸ਼ 'ਤੇ ਇਹ ਕਹਾਣੀ ਮੈਂ ਬਹੁਤ ਸੁਣਾਈ ਸੀ ਉੱਥੇ ਦਿੱਲੀ ਮੋਰਚਾ ਲੱਗਿਆ ਸੀ, ਅਤੇ ਉਹਦੇ ਨਾਲ ਹੀ ਸੰਬੰਧਿਤ ਇਹ ਕਹਾਣੀ ਹੈਗੀ ਆ, ਮਤਲਬ ਕਿਸਾਨ ਦੇ ਸੰਘਰਸ਼ ਨਾਲ। ਅਤੇ ਜਦੋਂ ਕਿਸਾਨ ਨੇ ਆਪਦਾ ਹੱਕ ਲੈਣਾ ਹੁੰਦਾ ਫਿਰ ਉਹ ਕਿਵੇਂ ਲੈਂਦਾ, ਤਾਂ ਕਹਾਣੀ ਸ਼ੁਰੂ ਹੁੰਦੀ ਹੈ ਸ਼ਾਹੂਕਾਰ ਨਾਲ 7 ਵਰੇ ਮੁਕੱਦਮਾ ਝਗੜਨ ਪਿੱਛੋਂ। ਮਤਲਬ ਸ਼ਾਹੂਕਾਰ ਦਾ ਕਰਜ਼ਾ ਦੇਣਾ ਸੀ ਉਹਨੇ ਜਮਲੇ ਨੇ। ਜਦੋਂ ਜਮਲਾ ਮੁਕੱਦਮਾ ਹਾਰ ਗਿਆ ਤਾਂ ਬੜਾ ਹੀ ਪਰੇਸ਼ਾਨ ਹੋ ਕੇ ਘਰ ਵਾਪਸ ਆਇਆ ਅਤੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ, ਭਲੀਏ ਲੋਕੇ, ਹੁਣ ਤਾਂ ਇਹ ਘਰ ਖਾਲੀ ਕਰਨਾ ਹੀ ਪਏਗਾ ਅਤੇ ਜ਼ਮੀਨ ਵੀ ਹੱਥੋਂ ਜਾਏਗੀ। ਸੁਣ ਕੇ ਉਸਦੀ ਘਰਵਾਲੀ ਰੋਣ ਲੱਗ ਪਈ, ਨਿਆਣੇ ਵੀ ਚੀਕਣ ਕੂਕਣ ਲੱਗ ਪਏ ਜਿਵੇਂ ਰੋ ਰੋਂਦੇ ਹੁੰਦੇ। ਫਿਰ ਉਹ ਤਾਂ ਵੱਲ ਦੇਖ ਕੇ ਕਹਿਣ ਲੱਗੀ, ਹੁਣ ਤਾਂ ਮਾਲਕ ਪਰਮਾਤਮਾ ਹੀ ਬਚਾ ਸਕਦਾ ਆਪਾਂ ਨੂੰ। ਜਮਲਾ ਪਿੰਡ ਦਾ ਇੱਕ ਮਿਹਨਤੀ ਜੱਟ ਸੀ, ਸਾਰੀ ਉਮਰ ਉਸਨੇ ਵਲਦਾਂ ਵਾਂਗ ਜੁੱਟ ਕੇ ਕੰਮ ਕੀਤਾ ਸੀ, ਹਮੇਸ਼ਾ ਇਸ਼ਟ ਦੀ ਪੂਜਾ ਕੀਤੀ ਸੀ, ਆਪਣੇ ਹਾਕਮਾਂ ਦੀ ਬੰਗਾਰ ਕੀਤੀ ਸੀ, ਸ਼ਾਹੂਕਾਰ ਸਾਹਮਣੇ ਸਿਰ ਨਵਾਇਆ ਸੀ, ਅਤੇ ਫਿਰ ਵੀ ਜਦੋਂ ਉਸਦੇ ਖਿਲਾਫ਼ ਮਕਾਨ 'ਤੇ ਜ਼ਮੀਨ ਦੀ ਕੁਰਕੀ ਦੀ ਡਿਗਰੀ ਹੋ ਗਈ ਤਾਂ ਉਸਦਾ ਦਿਲ ਦੁਖੀ ਹੋ ਗਿਆ, ਉਸ ਨੂੰ ਹਿਰਖ ਚੜ੍ਹਨ ਲੱਗ ਪਿਆ। ਪਰ ਉਸਨੇ ਹਿੰਮਤ ਨਹੀਂ ਹਾਰੀ, ਘਰਵਾਲੀ ਦੀ ਗੱਲ ਸੁਣ ਕੇ ਉਸਨੇ ਮਾਲਕ ਨੂੰ ਲੱਭਣ ਦਾ ਪੱਕਾ ਇਰਾਦਾ ਕੀਤਾ। ਹੁਣ ਜਦੋਂ ਘਰਵਾਲੀ ਨੇ ਕਿਹਾ ਵੀ ਆਪਾਂ ਨੂੰ ਤਾਂ ਪਰਮਾਤਮਾ ਹੀ ਬਚਾ ਸਕਦਾ, ਅਤੇ ਜੱਟ ਨੂੰ ਲੱਗਿਆ ਜਮਲੇ ਨੂੰ ਵੀ ਫਿਰ ਪਰਮਾਤਮਾ ਨੂੰ ਲੱਭਿਆ ਜਾਵੇ, ਹੈ ਨਾ, ਹੁਣ ਪਰਮਾਤਮਾ ਨੂੰ ਲੱਭਣ ਨਿਕਲਦਾ ਜਮਲਾ। ਸਭ ਤੋਂ ਪਹਿਲਾਂ ਉਹ ਪਿੰਡ ਦੇ ਪਟਵਾਰੀ ਨੂੰ ਮਿਲਿਆ, ਕਿਉਂਕਿ ਉਸਨੇ ਸੁਣਿਆ ਸੀ ਕਿ ਧਰਤੀ ਤਾਂ ਪਟਵਾਰੀਆਂ ਦੀ ਹੁੰਦੀ ਹੈ, ਉਹ ਜਿੱਧਰ ਚਾਹੇ ਜ਼ਵੀਰ ਜ਼ਰੀਫ ਕਿਸਕਾ ਦੇਵੇ। ਪਟਵਾਰੀ, ਪਹਿਲਾਂ ਮੇਰੀਆਂ ਲੱਤਾਂ ਘੁੱਟ ਫੇਰ ਦੱਸਾਂਗਾ। ਹੁਣ ਪਟਵਾਰੀ ਨੇ ਕਹਿੰਦਾ ਵੀ ਜਦੋਂ ਪਟਵਾਰੀ ਕੋਲ ਉਹ ਜਾਂਦਾ ਤਾਂ ਪਟਵਾਰੀ ਉਹਨੂੰ ਕਹਿੰਦਾ ਵੀ ਐਂ ਕਰ, ਤੇਰਾ ਹੱਲ ਮੈਂ ਕਰ ਦੂੰ, ਤੈਨੂੰ ਰੱਬ ਦੱਸ ਦੂੰ ਕਿੱਥੇ ਆ, ਪਰ ਤੂੰ ਮੇਰੀਆਂ ਪਹਿਲਾਂ ਲੱਤਾਂ ਘੁੱਟ। ਜਮਲਾ ਆਪ ਵੀ ਖਾਸਾ ਥੱਕਿਆ ਹੋਇਆ ਸੀ, ਪਰ ਉਸਨੇ ਉੱਪਰ ਵਾਲੇ ਦਾ ਪਤਾ ਪੁੱਛਣਾ ਸੀ, ਇਸ ਲਈ ਉਹ ਬੜੀ ਲਗਨ ਨਾਲ ਪੂਰੇ 2 ਘੰਟੇ ਪਟਵਾਰੀ ਦੀਆਂ ਲੱਤਾਂ ਘੁੱਟਦਾ ਰਿਹਾ। ਅਤੇ ਜਦੋਂ ਪਟਵਾਰੀ ਉਂਘਣ ਲੱਗ ਪਿਆ ਉਸਨੇ ਫਿਰ ਪੁੱਛਿਆ, ਮੋਤੀਆਂ ਵਾਲਿਓ, ਹੁਣ ਤਾਂ ਦੱਸ ਦਿਓ ਪਰਮਾਤਮਾ ਦਾ ਪਤਾ ਉਹ ਕਿੱਥੇ ਰਹਿੰਦਾ। ਉਗਦਾ ਹੋਇਆ ਪਟਵਾਰੀ ਬੋਲਿਆ, ਇੱਥੋਂ ਚੁੱਖੀ ਦੂਰ ਉਤਾਂ ਇੱਕ ਆਸਮਾਨ 'ਚ ਇੱਕ ਟਾਪੂ ਏ, ਜਿਸ ਦੇ ਕਿਨਾਰੇ ਕਿਨਾਰੇ ਗੁਲਾਬੀ ਮੋਤੀ ਟੰਗੇ ਹੋਏ ਨੇ, ਉੱਥੇ ਉੱਪਰ ਵਾਲਾ ਰਹਿੰਦਾ ਏ ਜਿਹੜਾ ਸਾਰੀ ਧਰਤੀ ਦਾ ਮਾਲਕ। ਇੰਨੀ ਗੱਲ ਕਹਿ ਕੇ ਪਟਵਾਰੀ ਜੀ ਸੌਂ ਗਏ। ਜਮਲੇ ਨੇ ਨਿਮਰਤਾ ਨਾਲ ਦੋਵੇਂ ਹੱਥ ਜੋੜੇ, ਸਿਰ ਝੁਕਾਇਆ ਅਤੇ ਆਪਣੀ ਪੱਗ ਨੂੰ ਪੂੰਝਦਾ ਹੋਇਆ ਪਟਵਾਰੀ ਹੋਰਾਂ ਦੇ ਕਮਰੇ 'ਚੋਂ ਬਾਹਰ ਚਲਾ ਗਿਆ, ਐਂ ਜੇ ਕਰਨਾ। ਅਤੇ ਫਿਰ ਜਮਲਾ ਇੱਕ ਤਾੜ ਦੇ ਰੁੱਖ ਉੱਤੇ ਜਾ ਚੜ੍ਹਿਆ। ਤਾੜ ਹੁੰਦਾ ਨਾਰੀਅਲ, ਹੈ ਨਾ, ਨਾਰੀਅਲ ਦੇ ਰੁੱਖ ਉੱਤੇ ਜਾ ਚੜ੍ਹਿਆ। ਉਸ ਦੇ ਟੀਸੀ 'ਤੇ ਪਹੁੰਚ ਕੇ ਆਸਮਾਨ ਵੱਲ ਚੜ੍ਹਨ ਲੱਗਾ। ਉਤਾਂ ਇੱਥੋਂ ਤੱਕ ਕਿ ਬੱਦਲ ਹੇਠਾਂ ਰਹਿ ਗਏ, ਹਵਾ ਹੇਠਾਂ ਰਹਿ ਗਈ, ਰੁੱਤਾਂ ਵੀ ਹੇਠਾਂ ਰਹਿ ਗਈਆਂ, ਫਾਸਲੇ 'ਤੇ ਚਾਨਣ ਵੀ ਹੇਠਾਂ ਰਹਿ ਗਏ, ਪਰ ਉਹ ਚੜ੍ਹਦਾ ਹੀ ਗਿਆ, ਤੁਰਦਾ ਹੀ ਗਿਆ, ਉੱਪਰ ਉਤਾਂ ਤੁਰਦਿਆਂ ਉਸ ਨੂੰ ਇੱਕ ਟਾਪੂ ਦਿਸਿਆ, ਚਿੱਟੇ ਸਮੁੰਦਰ ਵਿਚਾਲੇ ਇੱਕ ਕਾਲਾ ਟਾਪੂ, ਜਿਸ ਦੇ ਆਲੇ ਦੁਆਲੇ ਗੁਲਾਬੀ ਮੋਤੀਆਂ ਦੀਆਂ ਝਾਲਰਾਂ ਲਟਕ ਰਹੀਆਂ ਸੀ। ਜਮਲੇ ਨੇ ਆਪਣੀ ਜੁੱਤੀ ਲਾ ਕੇ ਝਾੜੀ ਦੇ ਰੱਸੀ ਨਾਲ ਬੰਨ੍ਹ ਕੇ ਮੋਢੇ 'ਤੇ ਪਿਛਾਂਹ ਵੱਲ ਸੁੱਟ ਲਈ ਅਤੇ ਫਿਰ ਉਸ ਚਿੱਟੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਜਾਣ ਦੀ ਬਾਜ਼ੀ ਲਾ ਕੇ ਤੈਰਦਾ ਹੋਇਆ ਉਹ ਦੂਜੇ ਕਿਨਾਰੇ ਉੱਤੇ ਪਹੁੰਚਿਆ। ਇੱਥੇ ਇੱਕ ਵੱਡਾ ਸਾਰਾ ਦਰਵਾਜ਼ਾ ਸੀ ਜਿਸ ਦੇ ਦੋਵੇਂ ਦਰਵਾਜ਼ੇ ਬੰਦ ਸਨ, ਪਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹਨਾਂ ਬੰਦ ਦਰਵਾਜ਼ਿਆਂ ਵਿੱਚੋਂ ਇੰਜ ਅੰਦਰ ਲੰਘ ਰਹੇ ਸਨ ਜਿਵੇਂ ਕੱਚ ਦੀ ਸਲੇਬ ਵਿੱਚੋਂ ਚਾਨਣ ਲੰਘ ਜਾਂਦਾ ਹੈ। ਅਤੇ ਜਮਲੇ ਨੇ ਲੰਘਣਾ ਚਾਹਿਆ ਤਾਂ ਉਹ ਲੰਘ ਨਾ ਸਕਿਆ ਅਤੇ ਬਾਹਰੋਂ ਹੀ ਬੂਹਾ ਖੜਕਾਉਣ ਲੱਗ ਪਏ। ਉਸਦਾ ਰੌਲਾ ਸੁਣ ਕੇ ਦਰਵਾਜ਼ੇ ਵਿਚਲੀ ਇੱਕ ਨਿੱਕੀ ਜਿਹੀ ਵਾਰੀ ਖੁੱਲ੍ਹੀ ਅਤੇ ਇੱਕ ਚਿੱਟ ਦਾੜੀਏ ਬੁੱਢੇ ਨੇ ਆਪਣੀ ਧੌਣ ਬਾਹਰ ਕੱਢ ਕੇ ਆਪਣੀਆਂ ਨੀਲੀਆਂ ਅੱਖਾਂ ਨਾਲ ਉਸ ਵੱਲ ਬੜੀ ਹੈਰਾਨੀ ਨਾਲ ਤੱਕਿਆ। ਕੀ ਗੱਲ ਹੈ ਬਾਈ, ਇੱਕ ਫਰਿਆਦ ਆ ਜੀ, ਜਮਲੇ ਨੇ ਕਿਹਾ।
फरियाद के फैसले इत्थे नहीं होंदे, उपर होंदे ने। बुढ़े ने उत्तर दिता, उपर उपर कित्थे जी? उपर जन्नत ते जहन्नम, जहन्नम विच नरक ते स्वर्ग विच, हैवन ते हैल विच, बुढ़ा बोलिया। तां कि उपर वाला इत्थे नहीं रहिंदा? जमले ने बड़ी मायूसी मायूसी नाल पुछिया। नहीं, बुढ़े ने बड़ी लापरवाही नाल कहा, ये जंजीरां तां जमीन तो उपर आउण वालियां रूहां दी सरां ऐ, इत्थे थकियां हारियां भुखियां प्यासियां मुसाफर रूहां आराम करदियां ने, खाना खांदियां ने, ते रात कट के सवेरे फिर अपने सफर ते रवाना हो जांदियां ने। मैं भी थकिया होया भुखिया प्यासा भी आ, सॉरी जमला कहिंदा मैं भी थकिया होया भुखा भी हाँ प्यासा भी हाँ, मैनू भी कुछ खाण लई दिओ। जमला बड़ी निम्रता नाल बोलिया, उसके हल्क विच कंडे जिहे चुभ रहे सन, पैरां दीआं तलीआं विच खून रिस रिहा सी, ते बड़ी भुख लगी हुई सी। की तू कोई रूह है? बुढ़े ने पुछिया। नहीं जी, मैं तां जमला जट हाँ, जमले ने भोले पा कहा। तां ते उपर जा, इत्थे तेरी खातर कोई जगह नहीं, कह के बुढ़े ने बारी भेड़ दित्ती। जमले ने दुखी दिल विचों एक आह निकली, ते ओह मुड़ के अपने सफर उत्ते रवाना हो। किन्ने ही महीने, किन्ने ही दिन, किन्ने साल सफर करता रहा। उसनों कुछ याद नहीं सी रहा, बस इन्ना याद सी कि वह उजाड़ जंगल सी जिस विच वह सफर कर रहा सी। अखीर एक दिन उसनों एक किला नज़र आया, जिस दियां कंधां भगदे हुए अंगार जा पईआं सन। उपरी किनारियां विचों अग दियां लाटां निकल रही सन, अंदरों करोड़ां इंसानां दे करोड़ दी आवाज़ आ रही सी। ये हुण जिहड़ा किला आया जां वह जिथे रूहां रहिंदियां सी पटवारी, ये सारा उन्हें बिंब वरते है, तो इन्हों समझ की लड़ है भी किला किनू कह रहा। किले के दरवाजे के बाहर एक तख्तपोश उत्ते एक बुढ़ा आदमी सुत्ता पिया, उसके कपड़े बड़े मैले तो लंगार होए हुए सन, सिर ते दाढ़ी के वालों दटा बज पई सन, पिंडे बो मारती पई सी, पर घूक सुता हो। जमले ने उसके नेड़े जाके उसनों रूणिया तो वह त्रप के उठ बैठा हुआ। की गल आ? वह रता हिरक के बोलिया तो उसके मूँह विचों दो अंग्यार थले डिगे। एक कार्ज करनी है जी तख्तों वाले, जमले ने कहा। बुढ़े ने कहा, अर्ज? पहला मेरिया जूआ कट फिर सुनागा। खासी देर तक जमला उस दिया जूआ कटता रहा। जो तो बुढ़े को कुछ शांति महसूस हुई तो उसने उसकी बिपता सुनी तो आख्या, जे तू अपनी आत्मा मैनू दे दे तो मैं ही तेरी जमीन तेनों वापस दवा देवगा। मेरे कोल मेरा अपना कुछ नहीं जी, जमला बोले। मेरी जमीन ते मेरे मकान कुरक कर लिया गया, मेरा जिसम हाकमां दा है, आत्मा मेरे इष्ट ते पुजारी दी, मेरे कोल अपना कुछ भी नहीं जो तुहानू दे सकां। तो फिर जा उपर, उपर वाले कोल जा। ते तुसी उपर वाले नहीं? जमले ने पुछया। नहीं, मैं शैतान हाँ, बुढ़ा हिरक के अपने बाल पुड़दा होया आखण लगा। उसके सिर विचों भी चिंगाड़े किरन लग पे। उपर वाले ने मैनू छड़ दिता है, मैं करोड़ां वरियां तो नहाता नहीं, मेरे पिंड विच मुश्क आउण लग पई है, ते मैं पानी दी भाल विच। जमले ने अपनी मिट्टी दी सराई विचों बचिया आखिरी दो घुट पानी शैतान नूं पिया दिता। हुण जिहड़ा किसान बंदा वह आपदा सब कुछ ही दे दिंदा। जदों उहनूं पिछे जिथे रूहां सी उहने रोटी मंगी, उहनूं रोटी नहीं मिली, हालांकि किसान सारी दुनिया नूं रोटी दिंदा। जिहदे कोल पानी भी आ, हुण शैतान नूं उहने पानी भी देता आपदी सराई चों जिहड़ा सीगा दो घुट। जमले ने अपनी मिट्टी की सराई विचों बचे आखिरी दो घुट पानी शैतान नूं पिया दिता, ते सीधा विकुंठ विच जा पहुंचिया। अगाह रब ने उसनूं कहा, जमलिया मैं रब हाँ, इस स्वर्ग का रब, पर तेरी मुश्किल का हल मेरे कोल भी नहीं, क्योंकि मैं उपर वाला नहीं। हुण पंगा खड़ा हो गया वी, उह कहिंदा मैं भी उपर वाला नहीं। ये गल सुन के जमले का चित घिरन लग पिया, उसके मूहों अचानक निकलिया, जे तू भी उपर वाला नहीं तो फिर होर कौन है उपर वाला? रब ने जमले के मोढ़े उत्ते हथ रख के बड़े प्यार नाल आख्या, ये तुहाडे तारे नछत्र जिन्हां नूं तुसीं सूरज ग्रह आदि चक्कर कहिंदे हो, मैं तो सिर्फ इन्नी क जगह विच वसदे मनुखां दी किस्मत दा परमात्मा हाँ, पर उपर वाला नहीं। उसकी आवाज़ किसी डूंघी झील वांग शांत सी। तो फिर उपर वाला कित्थे? जमला बोलिया, मैं उसनू लभण आया जी, जे वह ना मिलया तो मेरी जमीन खुसक जाएगी, फिर मेरी घरवाली तो मेरे बच्चों का की बनेगा, जे मेरी जमीन ही मेरी ना रही
रब ने मुस्कुरा के पूछा, तेरे कोल माचिस तां हो? हाँ, पर तू माचिस की करनी है? जमले ने हैरानी नाल पूछा। रब ने जमले दे कन विच कहा, तेरे वांग मैनू भी बीड़ी पीण दा भुस है, पर इत्थे स्वर्ग विच अग नहीं मिलती। जदों दा शैतान इत्थों कढ़िया गया है, अग दी अग भी मुक गई। कदे कदाई मेरा भी जीव जी बीड़ी पीण नूं तरस जांदा है, पर इत्थे अग नहीं। जमले ने अपनी जेब फरोल के अपनी इको एक सीक वाली माचिस की डब्बी कढ़ी ते उसनूं फड़ा दित्ता। ये संबोली कला रब इत्थे ओह रब नहीं। जमले ने अपनी जेब फरोल के अपनी इको एक सीक वाली माचिस की डब्बी कढ़ी ते उसनूं फड़ा दित्ती। फिर रब ने उसनूं दस्या, उपर वाला चौखी दूर तां रहिंदा, आकाश गंगा तो भी खासा उपर। उत्थों तक पहुँचने वास्ते तैनूं इक घेरे की सूरत विच तुरना पएगा। एक बारी अपने दिल के अंदर, ते दो बारी अपने दिल तो बाहर, ते तैनू लखां तारियां ते मुख नक्षत्रां विचों लंघ के उस विशाल राजपथ उत्ते पहुँचना पवेगा जिथे उपर वाला रहिंदा है। पर वो इस जन्नत ते जहन्नम स्वर्ग ते नरक हैवन ते हिल तो बड़ी दूर है। वो किते भी होवे, मैं उस कोल जरूर उपड़ावां। श्रीमान जी, ये मेरी जमीन का मामला है, जमले ने बड़ी दृढ़ता नाल कहा ते अगले सफर उत्ते रवाना हो गया। धरती जिहड़ी तुहाडी धरती हुंदी आ बहुत बेसकीमती हुंदी आ, उहदे लई देखो जमला कित्थों तक जाण लई तुर पिया। वो तुरदा रहा, नछत्तर राह दी धूड़ बन गए ते घेरे सिमट के पैड़ां दे निशान फांसले सुन विच बदल गए ते समां सप्प दी तोर रींगदा रहा। ते जदों तुरदा होया आकाश गंगा दी टीसी उत्ते पहुंचिया जिथे विशाल राजपथ समाप्त हुंदा है, तां उसने देखिया कि एक औरत अपने सिर दे बाल खिलारी बैठी रो रही है। जमले नूं बड़ी हैरानी हुई। उसने उस औरत नूं पुछिया, तू रो क्यों रही है? बई मैं उपर वाले नूं भाल रही हाँ, औरत ने हटकोरे लैंदियां ते रोंदियां रोंदियां कहा, पर वह कितें लभदा ही नहीं पिया, उसका कोई पता टिकाणा तां होऊ? जमले ने मत्थे उत्ते हथ उत्ते आया पसीना पूंझदियां कहा, बड़ी दूर उपर रहिंदा है कितें, मेरी आकाश गंगा तो कां ओ नबूला देख रहे, उस नबूले दे उस पार 1000 ह्यूले नज़र आउणगे, फिर उन्हां नूं पार करके तैनूं 1000 नबूले होर मिलणगे, उन्हां तों गां सृष्टि दी आखरी हद ते शायद वह नबूला है जिथे उपर वाला रहिंदा है, पर तू उत्थों तां ही उपड़ेगा कमें, उत्थे तां अज तां कोई नहीं पहुँच सकिया। वह भलिए लोके, जमले ने हस के कहा, पेंडा भावें किन्ना भी औखा क्यों ना होवे, जट आखर उपड़े जांदा है, उत्थे जाके करेंगा की? औरत ने हंझू पूंझदियां कहा, देख मेरा घर किन्ना सुंदर है, ये आकाश गंगा दी टीसी, ये हीरे मोती जड़िया विशाल राजपथ, इसकी एक एक कणी कोई नूर नालों वध कीमती आ। वह मुस्करा रही सी, जमले नूं उसकी मुस्कान बड़ी भली लगी, पर उसने कहा, मैनू मेरी जमीन चाहीदी है। भलिए लोके, तू मिसाल नहीं सुनी, ढेडना पईआं रोटियां तां सभे गल्लां खोटियां, हुण मैनू जाण दे, तू मैनू राह पा दिता, तेरा लख लख शुक्रिया। ते ओह आकाश गंगा दी टीसी नूं पार करके पहले नमूले विच जा पहुंचिया। नमूले विचों निकल के फैली हुई गैस दे बरोलियां विच पहुंच गया। 1000 चक्करां दी सृष्टि तों गां 1000 नमूलियां ते चक्कर रस्तियां तों हुंदा होया आखरी नमूले उत्ते जा पहुंचिया। उत्थे उसने 7 रंगियां रोशनियां ते एक मनार विच एक 6-7 सालां दा बच्चा बैठा देखिया, जिहड़ा गैस दे महल बना रहा सी। हुण उहनूं बच्चा मिलिया इक औरत तों बाद। हूँ ते तू है उपर वाला, जमले ने बड़ी हैरानी नाल खुश हो के उस डाढ़े प्यारे बच्चे वल तकिया ते कहा, ओ निक्किया उपर वालिया धरती दिया मालका। बच्चा खिड़खिड़ के हसन लग पिया, मैं कोई उपर वाला नहीं, मैं तो एक बच्चा गैस दे महल बना रहा। तो फिर उपर वाला कित्थे है? जमले नूं बड़ी निराशता प्राप्त हुई, मतलब निराश होया। उपर वाला जिहड़ा धरती का सारी धरती का मालक है, धरती का मालक, बच्चे ने पूछया। तो फिर आपे ही कहन लग्या, धरती का मालक तो इत्थों बड़ी दूर रहिंदा है, इत्थों भी दूर उपर दूर गां ते होर उपर गां, पर कित्थे कित्थे? जमले ने फिर इको सांह पूछया, भी कित्थे? बच्चे नूं किसान की मूर्खता उत्ते हासी आ गई ते उह हसदा हसदा लोटपोट हो गया। तो फिर बड़ी मुश्किल नाल अपना हासा रोक के बोलिया, वह तो इतों बड़ी दूर रहिंदा है, तो उस ताई तो अज तक कोई नहीं उपड़ सकिया। जमला कहता, मैं उपड़ांगा।
ਤੇ ਉਪੜਾਂਗਾ ਵੀ ਲਾਜ਼ਮੀ। ਤੂੰ ਮੈਨੂੰ ਉਸਦਾ ਪਤਾ ਟਿਕਾਣਾ ਦੱਸ। ਬੱਚੇ ਨੇ ਕਿਹਾ ਤਾਂ ਫਿਰ ਇੱਥੋਂ ਸਿੱਧਾ ਜਾਂਦਾ ਰਹੇ। ਇਸ ਨਬੂਲੇ ਤੋਂ ਅਗਾਂਹ 1000 ਅਜਿਹੇ ਨਬੂਲੇ ਆਉਣਗੇ, ਫਿਰ 1000 ਸ੍ਰਿਸ਼ਟੀ ਚੱਕਰ, ਫਿਰ ਇਹ ਨਬੂਲਾ ਅਗਾਂਹ ਆਕਾਸ਼ ਗੰਗਾ, ਅਤੇ ਫਿਰ ਇੱਕ ਧਰਤੀ ਦਾ ਗੋਲਾ। ਸੁਣਿਓ, ਧਰਤੀ ਦਾ ਗੋਲਾ। ਉਸ ਧਰਤੀ ਉੱਤੇ ਇੱਕ ਦੇਸ਼ ਹੈ, ਉਸ ਦੇਸ਼ 'ਚ ਇੱਕ ਪਿੰਡ ਹੈ, ਉਸ ਪਿੰਡ ਵਿੱਚ ਇੱਕ ਘਰ ਹੈ, ਉਸ ਘਰ ਵਿੱਚ ਇੱਕ ਆਦਮੀ ਰਹਿੰਦਾ ਜਿਹੜਾ ਧਰਤੀ ਦਾ ਮਾਲਕ ਹੈ, ਅਤੇ ਉਸਦਾ ਨਾਂ ਹੈ ਜਮਲਾ। ਪਰ ਜਮਲਾ ਤਾਂ ਮੈਂ ਹਾਂ। ਜਮਲੇ ਨੇ ਆਪਣੇ ਹਿੱਕ ਉੱਤੇ ਹੱਥ ਰੱਖਦਿਆਂ ਕਿਹਾ। ਜਿਵੇਂ ਹੀ ਉਸਨੇ ਆਪਣੇ ਹਿੱਕ ਉੱਤੇ ਹੱਥ ਰੱਖਿਆ, ਉਸਦੇ ਪੈਰਾਂ ਹੇਠੋਂ ਨਬੂਲਾ ਖਿਸ ਗਿਆ। ਉਹ ਨਬੂਲਿਓ ਹਬੂਲਿਓ ਸ੍ਰਿਸ਼ਟੀਓ ਚੱਕਰੋਂ ਆਕਾਸ਼ ਗੰਗਾਵਾਂ ਹਜ਼ਾਰਾਂ ਸੂਰਜਾਂ ਨਛੱਤਰਾਂ ਵਿਚਕਾਰੋਂ ਹੇਠਾਂ ਵੱਲ ਡਿੱਗਦਾ ਹੋਇਆ ਮੁੱਦੜੇ ਮੂੰਹ ਆਪਣੇ ਵਿਹੜੇ ਵਿੱਚ ਆ ਡਿੱਗਿਆ। ਖੜਾਕ ਸੁਣ ਕੇ ਉਸਦੀ ਘਰਵਾਲੀ ਬਾਹਰ ਨਿਕਲ ਆਈ ਅਤੇ ਉਸਨੂੰ ਹਲੂਣ ਕੇ ਕਹਿਣ ਲੱਗੀ। ਮੈਂ ਕਿਹਾ ਜੀ, ਸ਼ਾਹੂਕਾਰ ਤੇਰੀ ਕੁਰਕੀ ਕਰਾਉਣ ਆ ਰਿਹਾ ਹੈ, ਅਤੇ ਤੂੰ ਹਜੇ ਭੁੰਜੇ ਹੀ ਸੁੱਤਾ ਪਿਆ। ਸੁਨਸਾਰ ਜਮਲਾ ਜੱਟ ਉੱਠ ਕੇ ਬੈਠਾ ਹੋ ਗਿਆ ਅਤੇ ਹਿਰਖ ਕੇ ਬੋਲਿਆ, ਮੈਂ ਵੇਖੂੰ ਕਿਹੜਾ ਮਾਂ ਦਾ ਲਾਲ ਮੇਰੀ ਜ਼ਮੀਨ ਨੂੰ ਕੁਰਕ ਕਰਨਾ ਉਠਾਉਂਦਾ ਹੈ। ਇਹ ਧਰਤੀ ਮੇਰੀ ਹੈ, ਮੈਂ ਇਸ ਦਾ ਮਾਲਕ ਹਾਂ। ਇੰਨਾ ਆਖ ਕੇ ਜਮਲੇ ਨੇ ਆਪਣੀ ਡਾਂਗ ਚੁੱਕੀ ਅਤੇ ਘਰੋਂ ਨਿਕਲ ਆਇਆ। ਇਹ ਸੀ ਜਮਲਾ, ਇਹ ਸੀ ਕ੍ਰਿਸ਼ਨ ਚੰਦਰ ਦੀ ਕਹਾਣੀ ਜਮਲਾ। ਸੋ ਤੁਸੀਂ ਵੀ ਇਹ ਕਿਤਾਬ ਜ਼ਰੂਰ ਪੜ੍ਹੋ ਜਾਂ ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਜ਼ਰੂਰ ਪੜ੍ਹੋ। ਧੰਨਵਾਦ। ਤੁਹਾਨੂੰ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਸਾਡਾ ਇਹ ਕਹਾਣੀ ਸ਼ੇਅਰ ਵੀ ਕਰਨਾ ਸਾਰਿਆਂ 'ਚ, ਅਤੇ ਸਬਸਕ੍ਰਾਈਬ ਵੀ ਕਰ ਲੈਣਾ ਚੈਨਲ ਜਾਂ ਨਹੀਂ। ਸਤਿ ਸ਼੍ਰੀ ਅਕਾਲ।